ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਾਬਾ ਨਾਨਕ ਦਿਨ ਦਿਹਾੜੇ ਪਏ ਡਾਕੇ ਦੇ ਉਪਲਕਸ਼ ਦੇ ਵਿੱਚ ਵਪਾਰ ਮੰਡਲ, ਸਮਾਜ ਸੇਵੀ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਦੀ ਇੱਕ ਹੰਗਾਮੀ ਮੀਟਿੰਗ ਤੇ SHO ਡੇਰਾ ਬਾਬਾ ਨਾਨਕ ਨੂੰ ਦਿੱਤਾ ਗਿਆ ਮੰਗ ਪੱਤਰ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਨ ਵੀ ਦਬਾ ਲਓ। ਬੀਤੇ ਦਿਨੀ ਡੇਰਾ ਬਾਬਾ ਨਾਨਕ ਦੇ SR ਜੂਲਰ ਦੇ ਉੱਤੇ ਦਿਨ ਦਿਹਾੜੇ ਪਏ ਡਾਕੇ ਦੀ ਵਾਰਦਾਤ ਹੋਈ ਸੀ ਤੇ ਇਸ ਨਾਲ ਇਲਾਕੇ ਦੇ ਵਪਾਰੀ ਮੰਡਲ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਬੀਤੀ ਰਾਤ ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ, ਸਮਾਜ ਸੇਵੀ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਵੱਲੋਂ ਮੰਦਰ ਪੰਡੋਵਾਂ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮਨਭਾਗੀ ਘਟਨਾ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਇਸ ਘਟਨਾ ਪ੍ਰਤੀ ਤੇ ਸ਼ਹਿਰ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਤੇ ਨਾਲ ਹੀ ਮੌਕੇ ਦੇ ਥਾਣਾ ਮੁਖੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਅੱਜ ਇਸ ਪ੍ਰਸਤਾਵ ਨੂੰ ਪੂਰਾ ਕਰਦੇ ਹੋਏ SHO ਡੇਰਾ ਬਾਬਾ ਨਾਨਕ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰ ਮੰਡਲ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਡੇਰਾ ਬਾਬਾ ਨਾਨਕ ਦੇ SHO ਨੂੰ ਮੰਗ ਪੱਤਰ ਦੇ ਦਿੱਤਾ ਹੈ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇੱਕ ਹਫ਼ਤੇ ਦਾ ਟਾਈਮ ਵੀ ਦਿੱਤਾ ਗਿਆ ਹੈ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ ਤੇ ਦੋਸ਼ੀ ਸਲਾਖਾਂ ਅੰਦਰ ਹੋਣਗੇ। ਅੱਗੋਂ ਉਹਨਾਂ ਇਹ ਵੀ ਕਿਹਾ ਕਿ ਅਗਰ ਦੋਸ਼ੀ ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਦੇ ਅੰਦਰ ਫੜੇ ਨਹੀਂ ਜਾਂਦੇ ਜਾਂ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆਉਂਦੀ ਤਾਂ ਵਪਾਰ ਮੰਡਲ, ਸਮਾਜ ਸੇਵੀ ਸੰਸਥਾਵਾਂ ਤੇ ਸ਼ਹਿਰ ਵਾਸੀ ਪੂਰਨ ਬੰਦ ਕਰਨ ਦੇ ਉੱਤੇ ਮਜਬੂਰ ਹੋ ਜਾਣਗੇ ਤੇ ਇਹ ਬੰਦ ਉਦੋਂ ਤੱਕ ਚੱਲੇਗਾ ਜਦੋਂ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਦਾ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਆਲਟੂ ਨਿਊਜ਼ ਲਈ ਵਿਸ਼ੇਸ਼ ਰਿਪੋਰਟ। ਜਿਹੜਾ ਇਹ ਪਿਛਲੇ ਦਿਨੀ ਬਾਜ਼ਾਰ ਜੌੜੀਆਂ SR ਜੂਲਰ ਤੇ ਜਿਹੜਾ ਡਾਕਾ ਪਿਆ ਹੈ, ਦਿਨ ਦਿਹਾੜੇ ਉਹਨਾਂ ਨੂੰ ਲੁੱਟ ਕੇ ਲੈ ਗਏ ਨੇ, ਇਹ ਬਹੁਤ ਹੀ ਮਦਭਾਗੀ ਘਟਨਾ। ਮੈਂ ਆਪਣੇ ਜੀਵਨ 'ਚ ਕਦੀ ਇਹੋ ਜਿਹੀ ਘਟਨਾ ਨਹੀਂ ਦੇਖੀ ਡੇਰਾ ਬਾਬਾ ਨਾਨਕ 'ਚ ਪਹਿਲਾਂ ਜੀ। ਇਹਦੇ ਰਿਗਾਰਡਿੰਗ ਸਾਡੇ ਵਪਾਰੀ ਉਹਨੇ ਰਾਤੀਂ ਪੰਡੋਆਂ ਵਾਲੇ ਮੰਦਿਰ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਸਵੇਰੇ 10 ਵਜੇ ਚੌਂਕ ਦੇ ਵਿੱਚ ਪੁਰਾਣੇ ਬੱਸ ਸਟੈਂਡ ਸਾਰੇ ਵਪਾਰ ਯੂਨੀਅਨ ਦੇ ਬੰਦੇ ਜਿਹੜੇ ਨੇ ਉਹ ਇਕੱਠੇ ਹੋਣਗੇ ਅਤੇ ਇੱਕ ਮੈਮੋਰੈਂਡਮ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ ਅਤੇ ਉਹਨਾਂ ਕੋਲੋਂ ਇੱਕ ਅਲਟੀਮੇਟਮ ਲਿਆ ਜਾਏਗਾ ਕਿ ਕਿੰਨੇ ਦਿਨਾਂ ਦੇ ਵਿੱਚ ਇਸ ਮਸਲੇ ਦਾ ਹੱਲ ਕੀਤਾ ਜਾਏਗਾ, ਉਹ ਕਿੰਨੇ ਦਿਨਾਂ 'ਚ ਇਹਨਾਂ ਡਕੈਤਾਂ ਨੂੰ ਫੜਨਗੇ। ਅਤੇ ਜੇ ਉਹਨਾਂ ਨੇ ਇਹ ਨਹੀਂ ਕੀਤਾ ਤਾਂ ਇਹ ਫਿਰ ਇਹਦਾ ਨੈਕਸਟ ਪਲੈਨਿੰਗ ਇਹ ਕੀਤੀ ਗਈ ਸੀ ਕਿ ਅਸੀਂ ਸਾਰੇ ਦੁਕਾਨਦਾਰ ਜਿਹੜੇ ਨੇ ਇਹ ਅਸੀਂ ਬੰਦ ਕਰਕੇ ਅਤੇ ਪੁਲਿਸ ਸਟੇਸ਼ਨ ਦੇ ਅੱਗੇ ਧਰਨਾ ਦੇਵਾਂਗੇ। ਹੁਣ ਇਹ ਗੱਲ ਹੋਈ ਹੈ ਕਿ SSP ਸਾਹਿਬ ਦਾ ਇੱਕ ਫੋਨ ਆਇਆ ਜਿਹਦੇ 'ਚ ਉਹਨਾਂ ਨੇ ਕਿਹਾ ਵਾ ਕਿ ਸਾਨੂੰ 3 ਦਿਨ ਦਾ ਸਮਾਂ ਦਿੱਤਾ ਜਾਏ, ਅਸੀਂ 3 ਦਿਨਾਂ ਦੇ ਵਿੱਚ ਇਹ ਡਕੈਤਾਂ ਨੂੰ ਫੜ ਲਾਂਗੇ। ਅਗਰ ਤਾਂ ਪੁਲਿਸ ਨੂੰ ਇਸ ਕੰਮ 'ਚ ਸਫਲਤਾ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਅਗਲਾ ਸਟੈਪ ਇਹ ਹੋਏਗਾ ਕਿ ਦੁਕਾਨਦਾਰ ਜਿਹੜੇ ਨੇ ਇਹ ਆਪਣੀ ਦੁਕਾਨਾਂ ਬੰਦ ਕਰਕੇ ਅਤੇ ਪੁਲਿਸ ਸਟੇਸ਼ਨ ਦੇ ਅੱਗੇ ਧਰਨਾ ਦੇਣਗੇ। ਮੈਂ ਰਾਜੇਸ਼ ਹਾਂਡਾ, ਪ੍ਰਧਾਨ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਨਾਨਕ। 17 ਅਗਸਤ 2023 ਨੂੰ ਸ਼ਿਖਰ ਦੁਪਹਿਰ ਟਾਈਮ ਤਕਰੀਬਨ 1 ਤੋਂ 1:30 ਵਜੇ ਦਰਮਿਆਨ ਸੀ ਜਦੋਂ SR ਜੂਲਰ ਬਾਜ਼ਾਰ ਜੌੜੀਆਂ, ਜਿਨ੍ਹਾਂ ਨੂੰ ਅਸੀਂ ਬਿੱਲੇ ਸ਼ਾਹ ਦੀ ਹੱਟੀ ਵੀ ਕਹਿੰਦੇ ਹਾਂ, ਇੱਕ ਬੜੀ ਵੱਡੀ ਲੁੱਟ ਹੋਈ ਆ, ਬੜਾ ਵੱਡਾ ਡਾਕਾ ਪਿਆ ਹੈ, ਸ਼ਾਇਦ ਡੇਰਾ ਬਾਬਾ ਨਾਨਕ ਦੇ ਇਤਿਹਾਸ 'ਚ ਇਹ ਪਹਿਲੀ ਵਾਰੀ ਹੋਇਆ ਹੋਏ। ਉਹਦੇ ਵਿੱਚ ਉਹਨਾਂ ਦਾ ਲੱਖਾਂ ਰੁਪਏ ਦੀ ਨਗਦੀ ਅਤੇ ਲੱਖਾਂ ਰੁਪਏ ਦਾ ਸੋਨਾ ਚਾਂਦੀ ਲੁੱਟੇ ਗਏ ਹਨ ਬੰਦੂਕ ਦੀ ਨੋਕ 'ਤੇ। ਉਸ ਤੋਂ ਬਾਅਦ ਉਹਨਾਂ ਨੇ SHO ਡੇਰਾ ਬਾਬਾ ਨਾਨਕ ਕੋਲ ਲਿਖਾ ਕੇ ਆਏ ਨੇ ਆਪਣੀ ਦਰਖਾਸਤ, ਪਰ 3-4 ਦਿਨ ਤੱਕ ਕੋਈ ਕਾਰਵਾਈ ਨਹੀਂ ਹੋਈ।
ਜਦ ਉਹ ਕਾਰਵਾਈ ਨਹੀਂ ਹੋਈ ਤਾਂ ਸ਼ਹਿਰ ਨਿਵਾਸੀਆਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਮਤਲਬ ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਸਾਰੇ ਸ਼ਹਿਰ ਨੇ ਰਲ ਮਿਲ ਕੇ ਕੱਲ੍ਹ ਰਾਤ 21 ਤਰੀਕ ਨੂੰ ਮੰਦਰ ਭਨੋਵਾ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅੱਜ 22 ਤਰੀਕ ਨੂੰ ਸਵੇਰੇ 10 ਵਜੇ ਸਾਰੇ ਦੁਕਾਨਦਾਰ ਵੀਰ ਖਾਸ ਕਰਕੇ ਅਤੇ ਹੋਰ ਸ਼ਹਿਰ ਨਿਵਾਸੀ ਵੀ ਜਿਨ੍ਹਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਸਮਾਜ ਸੇਵੇ ਜਥੇਬੰਦੀਆਂ ਜਿਸ ਤਰ੍ਹਾਂ ਮੈਂ ਵੀ ਸਿਟੀ ਵੈਲਫੇਅਰ ਕਲੱਬ ਦਾ ਅਧਿਅਕਸ਼ ਹਾਂ ਕੁਝ ਮੈਂਬਰ ਕਲੱਬ ਦੇ ਵੀ ਕੁਝ ਹੋਰ ਪਾਰਟੀਆਂ ਦੇ ਵੀ ਅਤੇ ਤਕਰੀਬਨ ਅੱਧਾ ਘੰਟਾ ਪੁਰਾਣੇ ਬੱਸ ਸਟੈਂਡ 'ਤੇ ਰੋਸ ਪ੍ਰਦਰਸ਼ਨ ਕੀਤਾ ਪ੍ਰੋਟੈਸਟ ਕੀਤਾ ਕਿ ਅਜੇ ਤੱਕ ਚੋਰ ਨਹੀਂ ਫੜੇ ਗਏ ਸ਼ਹਿਰ ਦੀ ਸੁਰੱਖਿਆ ਰੱਬ ਆਸ ਰਹੀ ਆ ਸੁਰੱਖਿਆ ਦਾ ਕਿਸੇ ਗਲੀ 'ਚ ਕਿਸੇ ਬਾਜ਼ਾਰ 'ਚ ਕਿਸੇ ਚੌਂਕ 'ਚ ਕੋਈ ਪ੍ਰਬੰਧ ਨਹੀਂ ਫਿਰ ਉਸ ਤੋਂ ਬਾਅਦ ਇਹ ਜਿੰਨਾ ਵੀ ਇਕੱਠ ਹੋਇਆ ਸੀ ਸਾਰੇ SHO ਡੇਰਾ ਬਾਬਾ ਨਾਨਕ ਨੂੰ ਇੱਕ ਮੰਗ ਪੱਤਰ ਦੇਣਗੇ ਅਤੇ ਕੁਝ ਮਿੰਟਾਂ ਬਾਅਦ ਸਰਦਾਰ ਬਿਕਰਮਜੀਤ ਸਿੰਘ ਜੀ ਜਿਹੜੇ ਮੌਜੂਦਾ SHO ਸਾਹਿਬ ਨੇ ਉਹ ਆਏ ਨੇ ਉਹਨਾਂ ਨੇ ਸਾਡੇ ਕੋਲੋਂ ਉਹ ਮੰਗ ਪੱਤਰ ਲਿਆ ਵਾ ਅਤੇ ਨਾਲ ਹੀ ਆਸ਼ਵਾਸਨ ਦਵਾਇਆ ਕਿਉਂਕਿ ਰਿਟਾਇਰਮੈਂਟ ਕਹਿੰਦੇ ਪੁਲਿਸ ਦੀ ਬੜੀ ਹੋ ਗਈ ਆ ਅਤੇ ਕਈ ਜਗ੍ਹਾ 'ਤੇ ਸਰਕਾਰੀ ਤੌਰ 'ਤੇ ਬਾਹਰ ਵੀ ਭੇਜਣੀ ਪੈਂਦੀ ਆ ਦੂਜਿਆਂ ਜ਼ਿਲ੍ਹਿਆਂ 'ਚ ਵੀ ਕਈ ਜਗ੍ਹਾ 'ਤੇ ਨਾਕੇ ਆ ਕਾਲਾਵਾਲੀ ਚੌਂਕ ਆ ਕੋਈ ਕੋਆਪਰੇਟਿਵ ਬੈਂਕ ਲਾਗੇ ਆ ਅਤੇ ਅਸੀਂ ਇੱਕ ਹਫ਼ਤੇ ਦਾ ਉਹਨਾਂ ਟਾਈਮ ਮੰਗਿਆ ਦੁਕਾਨਦਾਰਾਂ ਕੋਲ ਵੀ ਪੂਰੀ ਕੋਸ਼ਿਸ਼ ਹੋਏਗੀ ਵੀ ਮਾਲ ਵੀ ਬਰਾਮਦ ਹੋ ਜਾਵੇ ਅਤੇ ਚੋਰ ਵੀ ਫੜੇ ਜਾਣ ਅਤੇ ਦੁਕਾਨਦਾਰਾਂ ਨੇ ਕਿਹਾ ਵੀ ਇੱਕ ਹਫ਼ਤੇ ਬਾਅਦ ਜਦਕਿ 29 ਅਗਸਤ ਬਣਦੀ ਆ ਜੇ 29 ਅਗਸਤ ਸਵੇਰ ਤੱਕ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਤਾਂ ਮਜਬੂਰ ਹੋ ਕੇ ਸਾਰਾ ਹੀ ਦੁਕਾਨਦਾਰ ਨਹੀਂ ਸਾਰੇ ਸ਼ਹਿਰ ਨਿਵਾਸੀ ਉਹਦੇ ਵਿੱਚ ਗਲੀਆਂ ਬਾਜ਼ਾਰ ਵੀ ਹੋ ਸਕਦਾ ਵਾ ਸਾਰੀਆਂ ਬੀਬੀਆਂ ਭੈਣਾਂ ਵੀ ਸ਼ਾਮਿਲ ਹੋਣਗੇ ਇੱਕ ਵੱਡਾ ਇਕੱਠ ਕਰਕੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਉਹ ਓਨੀ ਦੇਰ ਜਾਰੀ ਰਹੇਗਾ ਜਿੰਨਾ ਚਿਰ ਇਹ ਲੁੱਟ ਦਾ ਮਾਲ ਬਰਾਮਦ ਨਹੀਂ ਹੁੰਦਾ ਅਤੇ ਸ਼ਹਿਰ ਵਿੱਚ ਹੋਰ ਵਧੀਆ ਸਖ਼ਤ ਪ੍ਰਬੰਧ ਨਹੀਂ ਕੀਤੇ ਜਾਂਦੇ ਮੈਂ ਮਨਦੀਪ ਸਿੰਘ ਬੇਦੀ ਡੇਰਾ ਬਾਬਾ ਨਾਨਕ ਵਪਾਰ ਮੰਡਲ ਪ੍ਰਧਾਨ ਜਿਵੇਂ ਤੁਸੀਂ ਜਾਣਦੇ ਪਿਛਲੀ ਦੇਣੀ ਡੇਰਾ ਬਾਬਾ ਨਾਨਕ ਬਿੱਲੇ ਸ਼ਾਹ ਦੀ ਹੱਟੀ 'ਤੇ ਦਿਨ ਦਿਹਾੜੇ ਡਾਕਾ ਪਿਆ ਇਸ ਸੰਬੰਧ ਵਿੱਚ ਅਸੀਂ ਮੀਟਿੰਗ ਕੀਤੀ ਹੈ ਭਣਵਾਨ ਮੰਦਰ 'ਚ ਵੀ ਅਸੀਂ ਪੁਲਿਸ ਨੂੰ ਮੰਗ ਪੱਤਰ ਦੇਵਾਂਗੇ ਕਾਰਵਾਈ ਕਿਉਂ ਨਹੀਂ ਹੋ ਰਹੀ ਅੱਜ ਥਾਣੇ ਅਸੀਂ ਸਾਰਾ ਸ਼ਹਿਰ ਦੁਕਾਨਦਾਰ ਇਕੱਠੇ ਹੋ ਗਏ ਸੀ ਅਤੇ ਸਾਡੀ SHO ਸਾਹਿਬ ਨੇ ਸਾਡਾ ਮੰਗ ਪੱਤਰ ਲਿਆ ਸਵੀਕਾਰ ਕਰ ਲਿਆ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵੀ ਅਸੀਂ 7 ਦਿਨ ਅੰਦਰ ਸਾਨੂੰ ਟਾਈਮ ਦਿਓ ਜਿਹੜੀ ਆਪਾਂ ਤੁਹਾਡੇ ਨਾਲ ਖੜ੍ਹੇ ਹਾਂ ਪਰ ਸਾਡੇ ਸ਼ਹਿਰ ਵਾਸੀ ਦੁਕਾਨਦਾਰ ਨੇ ਪੁੱਛਿਆ ਉਹਨਾਂ ਨੂੰ ਵੀ ਕਿੰਨੇ ਦਿਨਾਂ ਤੱਕ ਸਾਡਾ ਜਿਹੜਾ ਹੱਲ ਸਕਦਾ ਉਹ ਕਹਿੰਦੇ ਵੀ ਵੱਧ ਤੋਂ ਵੱਧ 7 ਦਿਨ ਦਾ ਟਾਈਮ ਦਿਓ ਅਤੇ ਨਹੀਂ ਤਾਂ ਜੇ ਤੁਹਾਡੇ ਨਹੀਂ ਕੰਮ ਹੁੰਦਾ ਤਾਂ ਆਪਾਂ ਥਾਣੇ ਅੱਗੇ ਧਰਨਾ ਦੇਵਾਂਗੇ ਦੁਕਾਨਾਂ ਬੰਦ ਰੱਖਾਂਗੇ